ਬੱਚਿਆਂ ਦੇ ਵਿਚਕਾਰ ਹੋਈ ਮਾਮੂਲੀ ਗੱਲ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ। ਕਿਹਾ ਜਾ ਰਿਹਾ ਕਿ ਕਰੀਬ 6 ਰਾਊਂਡ ਫਾਇਰਿੰਗ ਕੀਤੀ ਗਈ ਹੈ। ਹਾਲਾਂਕਿ ਮੌਕੇ ਦੇ ਉੱਤੇ ਹੁਣ ਪੁਲਿਸ ਵੀ ਪਹੁੰਚੀ ਹੈ ਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦਰਅਸਲ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ, ਜਿੱਥੇ ਕਿ ਗਲੀ ਦੇ ਵਿੱਚ ਖੇਡ ਰਹੇ ਬੱਚਿਆਂ 'ਚ ਲੜਾਈ ਹੁੰਦੀ ਹੈ, ਜਿਸ ਤੋਂ ਬਾਅਦ ਦੇ ਵਿੱਚ ਇੱਕ ਦੂਜੇ ਦੇ ਘਰ ਉਲਾਂਭਾ ਲੈ ਕੇ ਜਾਇਆ ਜਾਂਦਾ ਹੈ। ਤਾਂ ਉੱਥੇ ਕਿਹਾ ਜਾ ਰਿਹਾ ਕਿ ਦੋਵੇਂ ਧਿਰਾਂ ਆਮੋ ਸਾਹਮਣੇ ਹੋ ਗਈਆਂ ਨੇ। ਹਾਲਾਂਕਿ ਇੱਕ ਧਿਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਫਾਇਰਿੰਗ ਵੀ ਕੀਤੀ ਗਈ ਹੈ। ਹਾਲਾਂਕਿ ਫਾਇਰਿੰਗ ਕੀਤੇ ਜਾਣ ਦੀ ਇੱਕ ਵੀਡੀਓ ਵੀ ਹੁਣ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਛੱਤ ਦੇ ਉੱਪਰ ਚੜ੍ਹ ਕੇ ਇੱਕ ਸ਼ਖਸ ਦੇ ਵੱਲੋਂ ਦੇ ਦਰਾਦਨ ਫਾਇਰਿੰਗ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਘਟਨਾ ਤੋਂ ਬਾਅਦ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਅਤੇ ਪੁਲਿਸ ਦੇ ਵੱਲੋਂ ਵੀ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਉੱਥੇ ਇੱਕ ਧਿਰ ਦੇ ਵੱਲੋਂ ਚੱਲੀ ਹੋਈ ਗੋਲੀਆਂ ਦੇ ਖੋਲ ਵੀ ਵਿਖਾਏ ਗਏ ਨੇ ਕਿ ਕਰੀਬ ਕਿਹਾ ਜਾ ਰਿਹਾ 10 ਤੋਂ 15 ਰਾਊਂਡ ਫਾਇਰ ਕੀਤੇ ਗਏ ਨੇ, ਪਰ ਕਿਹਾ ਜਾ ਰਿਹਾ ਕਿ ਹਾਲੇ ਸਿਰਫ 7 ਖੋਲ ਹੀ ਬਰਾਮਦ ਹੋਏ ਨੇ। ਤਾਂ ਇਹ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ, ਜਿੱਥੇ ਕਿ ਬੱਚਿਆਂ ਦੀ ਲੜਾਈ ਨੇ ਇੱਕ ਵਾਰ ਫਿਰ ਤੋਂ ਖੂਨੀ ਰੂਪ ਧਾਰਿਆ। ਦੋ ਧਿਰਾਂ ਆਮੋ ਸਾਹਮਣੇ ਹੋਈਆਂ ਨੇ ਤੇ ਦੋਵਾਂ ਧਿਰਾਂ ਦੇ ਵਿਚਕਾਰ ਫੈਰ ਚੱਲੇ ਨੇ। ਮੇਰਾ ਨਾਮ ਸੁਖਦੀਪ ਕੌਰ ਆ ਤੇ ਮੇਰਾ ਬੱਚਾ ਗਲੀ 'ਚ ਖੇਡਦਾ ਪਿਆ ਸੀ। ਇਹ ਲੇਡੀ ਨੇ ਹਰ ਵਾਰੀ 3-4 ਵਾਰੀ ਹੋ ਗਈ ਆ ਮੇਰੇ ਬੱਚੇ ਦੇ ਕਰਕੇ ਸਾਡੇ ਨਾਲ ਲੜਨ ਆਉਂਦੀ ਆ। ਅਤੇ ਇਹਦੇ ਇਹਦੇ ਹਸਬੈਂਡ ਨੇ ਪੀਤੀ ਸੀ, ਡਰਿੰਕ ਕੀਤੀ ਹੋਈ ਸੀ, ਅਤੇ ਨਾਲ ਹੀ ਇਹਦੇ ਜੇਠ ਨੇ ਵੀ ਕੀਤੀ ਹੋਈ ਸੀ। ਅਤੇ ਇਹਨੇ ਦੋਨੋਂ ਲੜਾਉਣ ਵਾਸਤੇ ਸਾਡੇ ਘਰ ਭੇਜਦੇ, ਅਤੇ ਮੈਨੂੰ ਫੋਨ ਕਰਕੇ ਕਹਿੰਦੀ ਆ ਮੈਂ ਤਾਂ ਤੈਨੂੰ ਅੱਗੇ ਵੀ ਘੇਰ ਲੈਣਾ ਸੀ, ਉਦੋਂ ਮੌਕਾ ਨਹੀਂ ਮਿਲਿਆ, ਹੁਣ ਮੈਂ ਤੈਨੂੰ ਘੇਰਨ ਲੱਗੀ ਹਾਂ, ਹੁਣ ਮੈਂ ਆਪਣੇ ਬੰਦੇ ਨੂੰ ਲੈ ਕੇ ਆਉਣ ਲੱਗੀ ਹਾਂ, ਅਤੇ ਤੂੰ ਵੀ ਕੱਢ ਆਪਣਾ ਬੰਦਾ ਬਾਹਰ। ਉਹਨਾਂ ਦੀ ਲੇਡੀ ਨੇ ਜਿਨ੍ਹਾਂ ਨੇ ਸਾਡੇ 'ਤੇ ਫਾਇਰ ਕੀਤੇ, ਉਹਨਾਂ ਨੇ ਆ ਕੇ ਇੱਥੇ ਸਾਡੇ ਫਾਇਰ ਕੀਤੇ ਸੀ, ਸਾਡੇ ਘਰ ਆ ਵੇਖੋ ਮੇਰੇ ਕਾਂ ਇੱਥੇ ਇੱਟ ਮਾਰੀ ਇਹਨਾਂ ਨੇ। ਅਸੀਂ ਆਪਣਾ ਬਚਾਅ ਕਰਨ ਲਈ ਸਿਰਫ ਮੇਰੇ ਪਾਪਾ ਸੀਗੇ ਅਤੇ ਮੇਰੇ ਹਸਬੈਂਡ ਸੀਗੇ, ਇਹਨਾਂ ਦੇ ਘਰੋਂ 30-40 ਬੰਦੇ ਆਏ ਸੀਗੇ, ਉਹਨਾਂ ਨੇ ਕਾਫੀ ਮੁੰਡੇ ਲੈ ਕੇ ਆਏ ਸੀਗੇ, 30-40 ਲੈ ਕੇ ਆਏ ਸੀਗੇ। ਅਤੇ ਆਹ ਵੇਖੋ ਮੇਰੇ ਕੰਨ 'ਤੇ ਇੱਟਾਂ, ਮੈਂ ਆਪਣੇ ਬੱਚੇ ਨੂੰ ਬਚਾ ਰਹੀ ਹੋ, ਆਪਣੇ ਪਾਪਾ ਨੂੰ ਬਚਾ ਰਿਹਾ ਸੀਗਾ ਕਿ ਪਾਪਾ ਤੁਸੀਂ ਅੰਦਰ ਆਓ, ਦਾਦੂ ਪਾਪਾ ਅੰਦਰ ਆਓ, ਅਤੇ ਮੈਂ ਇਹਨੂੰ ਫੜਦੀ ਪਈ, ਆਹ ਵੇਖੋ ਮੇਰੇ ਇੱਟਾਂ ਵੀ ਮਾਰਿਆ, ਨਾਲ ਹੀ ਮੇਰੇ ਆਹ ਵੇਖੋ ਮੈਂ ਪ੍ਰੈਗਨੈਂਟ ਵੀ ਗਈ ਹਾਂ, ਅਤੇ ਨਾਲ ਸ਼ੀਸ਼ੇ ਵੀ ਤੋੜੇ ਉਹਨਾਂ ਨੇ, ਅਤੇ ਨਾਲ ਆਹ ਵੇਖੋ ਮੇਰੇ ਮੂੰਹ 'ਚੋਂ ਸਾਰਾ ਲਹੂ ਅੱਗੇ ਨਿਕਲਦਾ ਪਿਆ, ਆਹ ਵੇਖੋ ਮੂੰਹ 'ਚੋਂ ਸਾਰਾ ਲਹੂ ਨਿਕਲਦਾ ਪਿਆ। ਇੰਨੀ ਇਹਨਾਂ ਨੇ ਹੱਦ ਕੀਤੀ ਨਾ, ਸਾਰੇ ਜਿੰਨੇ ਵੀ ਮੁੰਡੇ ਆਏ ਸੀ ਸਾਰਿਆਂ ਨੇ ਡਰਿੰਕ ਕੀਤੀ ਹੋਈ ਸੀ, ਅਤੇ ਅੱਗੋਂ ਗੰਦੀ ਤੋਂ ਗੰਦੀ ਗਾਲ ਇੰਨੀ ਇਹਨਾਂ ਨੇ ਕੱਢੀ ਨਾ ਕਿ ਜਿਹੜੀ ਅਸੀਂ ਸੁਣ ਨਹੀਂ ਸਕਦੇ ਸੀ। ਹਥਿਆਰ ਸੀ ਉਹਨਾਂ ਨੇ, ਐਡਾ ਵੱਡਾ ਮੁੰਡੇ ਨੇ, ਸੇਮ ਸਾਡੇ ਕੈਮਰੇ 'ਚ ਵੀ ਆਇਆ ਵਾ, ਐਡਾ ਵੱਡਾ ਉਹ ਵੀ ਫੜਿਆ ਸੀਗਾ, ਦਾਤਰ ਵੀ ਫੜਿਆ ਸੀਗਾ, ਅਤੇ ਉਹਨਾਂ ਨੇ ਪਿਸਟਲ ਵੀ ਫੜੇ ਸੀਗੇ। ਮੁੰਡੇ ਜਿਹੜੇ ਵਗੈਤਾ ਬਾਹਰੋਂ ਲੈ ਕੇ ਆਏ ਸੀਗੇ, ਆਊਟਸਾਈਡਰ, ਉਹ ਲੈ ਕੇ ਆਏ ਸੀਗੇ, ਉਹ ਵਾਲੇ ਮੁੰਡਿਆਂ ਨੇ ਦਾਤਰ ਉਹ ਪਿਸਤੌਲਾਂ ਵੀ ਫੜੀਆਂ ਸੀ, ਉਹਨਾਂ ਕੋਲ ਕਿੱਡੇ ਵੱਡੇ ਪਿਸਟਲ ਸੀ, ਉਹਨਾਂ ਨੇ ਚਲਾਏ ਸਾਡੇ ਵੱਲ, ਸਾਡਾ ਦਰਵਾਜ਼ਾ ਵੀ ਭੰਨਿਆ ਉਹਨਾਂ ਨੇ ਜੋ ਜੋ ਨਹੀਂ ਹਾਂਜੀ ਉਹਨਾਂ ਦੀ ਲੇਡੀ ਆਈ ਖੁਦ ਸਾਡੇ ਨਾਲ ਲੜਨ ਵਾਸਤੇ, ਮੇਰੀ ਗੱਲ ਹੋਈ ਆ ਫੋਨ 'ਤੇ, ਉਹਨਾਂ ਦੀ ਲੇਡੀ ਆਈ ਖੁਦ ਸਾਡੇ ਨਾਲ ਲੜਨ ਵਾਸਤੇ। ਪਾਪਾ ਨੇ ਮੈਨੂੰ ਕਿਹਾ ਕਿ ਤੂੰ ਪਿੱਛੇ ਹੋ ਕਿ ਨਾ ਕੋਈ ਗੱਲ ਨਾ ਹੋਵੇ ਕਿ ਮੈਂ ਪ੍ਰੈਗਨੈਂਟ ਹਾਂ, ਅਤੇ ਪਾਪਾ ਕਹਿੰਦੇ ਮੈਂ ਗੱਲ ਕਰਨਾ, ਮੈਂ ਕਿਹਾ ਨਹੀਂ ਪਾਪਾ ਮੈਂ ਆਰਾਮ ਨਾਲ ਗੱਲ ਕਰ ਲੈਂਦੀ ਹਾਂ। ਅਤੇ ਉਹ ਲੇਡੀ ਕਹਿੰਦੀ ਪਾਪਾ ਨੂੰ ਆ ਖੁਦ ਬੋਲੀ ਆ, ਕਹਿੰਦੀ ਤੂੰ ਕੌਣ ਨਾ ਬੋਲਣ ਵਾਲਾ, ਪਾਪਾ ਨੂੰ ਕਹਿੰਦੀ, ਪਾਪਾ ਕਹਿੰਦੇ ਤੂੰ ਲੇਡੀ ਆ ਨਾ ਆਰਾਮ ਨਾਲ ਗੱਲ ਕਰ, ਤੂੰ ਆਰਾਮ ਨਾਲ ਗੱਲ ਕਰ। ਅਤੇ ਅੱਗੋਂ ਕਹਿੰਦੀ ਆ ਖਲੋ ਜਾ ਮੈਂ ਆਪਣੇ ਬੰਦੇ ਨੂੰ ਫੋਨ ਕਰਦੀ ਹਾਂ, ਉਹਨੇ ਅੱਗੋਂ ਇੰਨੀ ਗੱਲ ਕਹੀ, ਅਤੇ ਪਾਪਾ ਕਹਿੰਦੇ ਕਰ ਲਾ, ਪਾਪਾ ਨੇ ਕਿਹਾ ਕਰ ਲਾ, ਅਤੇ ਉਹਨੇ ਸਿੱਧੀ ਹੀ ਪਾਪਾ ਨੂੰ ਗਾਲ ਕੱਢੀ ਆ, ਹਾਲੇ ਕਿ ਉਹ ਮੁੰਡਾ ਆ ਅਤੇ ਪਾਪਾ ਬਜ਼ੁਰਗ ਆ, ਉਹਨਾਂ ਨੂੰ ਸਿੱਧੀ ਇੰਨੀ ਗੰਦੀ ਗਾਲ ਕੱਢ ਕੇ ਉਹਨਾਂ ਨੂੰ ਕਹਿੰਦਾ ਵਾ ਕਿ ਖੜ ਜਾ ਮੈਂ ਆਉਂਦਾ ਹਾਂ ਇੱਥੇ ਮੁੰਡੇ ਲੈ ਕੇ। ਹਾਂਜੀ ਨਹੀਂ ਸਾਡੇ ਵੱਲੋਂ ਨਹੀਂ ਚਲਾਈ ਗਈ, ਉਹਨਾਂ ਵੱਲੋਂ ਹੀ ਚਲਾਈਆਂ ਗਈਆਂ, ਅਸੀਂ ਤਾਂ ਆਪਣਾ ਬਚਾਅ ਕੀਤਾ, ਦਰਵਾਜ਼ੇ ਬੰਦ ਕਰਕੇ ਕੋਠੇ ਵੇਖੋ ਕਿੰਨਾ ਦੇ
ਜਦੋਂ ਉਹਨਾਂ ਨੇ ਸਾਡੇ 'ਤੇ ਕੀਤਾ ਵਾ ਸੈਲਫ ਡਿਫੈਂਸ ਲਈ, ਫਿਰ ਥੋੜ੍ਹਾ ਬਹੁਤਾ ਤਾਂ ਕਰਨਾ ਹੀ ਪੈਣਾ ਸੀ। ਮੇਰਾ ਬੱਚਾ ਸੀਗਾ, ਉਹ ਆਪਣੇ ਪਾਪਾ ਨੂੰ ਬਚਾ ਰਿਹਾ, ਦਾਦੂ ਪਾਪਾ ਨੂੰ ਬਚਾ ਰਿਹਾ, ਅਸੀਂ ਤਾਂ ਫਿਰ ਕਰਨਾ ਸੀ ਸੈਲਫ ਡਿਫੈਂਸ ਲਈ, ਕਾਹਦੇ ਵਾਸਤੇ ਹੁੰਦੇ ਫਿਰ? ਠੀਕ ਆ, ਜੇ ਮੰਨੋ ਥੋੜ੍ਹੀ ਬਹੁਤੀ ਜੇ ਆਈ ਵੀ ਆ ਗੱਲ, ਕੁਛ ਨਹੀਂ, ਮੈਂ ਜੀ ਬਾਹਰ ਸੀਗਾ ਅੰਮ੍ਰਿਤਸਰ, ਠੀਕ ਹੈ ਜੀ, ਮੇਰੀ ਵਾਈਫ ਸੀ ਘਰੇ, ਬੱਚੇ ਸੀ ਘਰੇ ਜੀ, ਬੱਚੇ ਆਪਾਂ 'ਚ ਗਲੀ 'ਚ ਖੇਡਦੇ ਹੁੰਦੇ ਆ, ਠੀਕ ਹੈ ਜੀ, ਕੋਈ ਬੱਚੇ ਦੀ ਆਪਾਂ 'ਚ ਗੱਲ, ਬੇਟਾ ਮੇਰਾ 6 ਸਾਲ ਦਾ, ਅਤੇ ਇਹਨਾਂ ਦੀ ਆਪਾਂ 'ਚ ਗੱਲ ਹੋਈ ਆ, ਅਤੇ ਉਹ ਕਹਿੰਦਾ ਕਿ ਘਰ ਆ ਗਿਆ ਹੈ ਨਾ ਬੇਟਾ ਮੇਰਾ, ਮੰਮਾ ਨੂੰ ਕਹਿੰਦਾ ਕਿ ਮੰਮਾ ਗੱਲ ਹੋ ਗਈ ਆ, ਅਤੇ ਉਹ ਕਹਿੰਦੇ ਕੋਈ ਗੱਲ ਨਹੀਂ, ਇਹਦੀ ਮੰਮਾ ਦਾ ਫੋਨ ਆਇਆ ਹੈ ਨਾ ਭਾਬੀ ਨੂੰ, ਅਤੇ ਉਹ ਕਹਿੰਦੀ ਕਿ ਆਪਣੇ ਬੱਚੇ ਨੂੰ ਸੰਭਾਲ ਕੇ ਰੱਖੋ, ਅਤੇ ਫਿਰ ਤੁਸੀਂ ਨਾ, ਕਿਉਂਕਿ ਜਦੋਂ ਅਸੀਂ ਵੇਖਿਆ ਉਹਨੂੰ ਕੁਛ, ਇਹਦੀ ਰਾਜੇ ਦੀ ਘਰ ਦੀ ਜਿਹੜਾ ਇਹਦਾ ਮੁੰਡਾ ਆ ਸੁਰਿੰਦਰ ਦਾ, ਠੀਕ ਹੈ ਜੀ, ਚਲੋ ਉਹਨੇ ਇੰਨੀ ਗੱਲ ਕੀਤੀ, ਉਹ ਕਹਿੰਦੀ ਕਿ ਤੁਸੀਂ ਭਾਅ ਜੀ ਘਰ ਆ ਕੇ ਗੱਲ ਕਰ ਲਓ ਹੈ ਨਾ, ਤੁਸੀਂ ਫੋਨ 'ਤੇ ਵੱਧ ਘੱਟ ਬੋਲਣਦੇ ਹੋ, ਅਤੇ ਉਹ ਘਰ ਆ ਗਿਆ, ਇਹਦਾ ਦਾਦਾ ਆ ਗਿਆ ਘਰ, ਸੁਰਿੰਦਰ ਸਿੰਘ, ਉਹ ਘਰ ਆਇਆ ਆ, ਉਹ ਆ ਕੇ ਕਹਿੰਦਾ ਕਿ ਇਹ ਹਾਂ ਬੀਬਾ ਕੀ ਗੱਲ ਹੋਈ ਆ, ਅਤੇ ਉਹ ਕਹਿੰਦੀ ਅੰਕਲ ਤੁਸੀਂ ਅੰਦਰ ਆ ਜਾਓ, ਅੰਦਰ ਬਹਿ ਕੇ ਗੱਲ ਕਰ ਲਓ, ਨਹੀਂ ਤੁਹਾਨੂੰ ਮੇਰਾ ਪਤਾ ਨਹੀਂ ਆ, ਅੱਗੇ ਮੈਂ ਗਲੀ 'ਚ ਗੋਲੀਆਂ ਚਲਾਈਆਂ ਕਿੰਨੀਆਂ, ਠੀਕ ਹੈ ਜੀ, ਇਹਦੇ ਪਹਿਲਾਂ ਪਰਚੇ ਕਢਾ ਕੇ ਵੇਖੋ, ਇਹਨੇ ਪਹਿਲਾਂ ਵੀ ਗਲੀ 'ਚ ਫੈਰ ਮਾਰੇ ਹੋਏ ਆ, ਚਲੋ ਇੰਨੀ ਗੱਲ ਹੋਈ ਆ। ਫਿਰ ਕਹਿੰਦਾ ਇਹ ਮੋਹਿਤ ਨੂੰ ਪੁੱਛੋ ਮੈਂ ਕਿੱਡਾ ਤਕੜਾ ਬਦਮਾਸ਼ ਆ, ਮੋਹਿਤ ਨੂੰ ਪਤਾ ਮੈਂ ਅੱਗੇ ਕਿੱਦਾਂ ਗੋਲੀਆਂ ਚਲਾਉਣਾ, ਅਤੇ ਇਹਨੇ ਮੇਰੇ ਕੰਨ ਨੂੰ ਫੋਨ ਲਾਤਾ ਜੀ, ਕਹਿੰਦਾ ਹਾਂ ਵੀ ਕੀ ਗੱਲ ਆ, ਮੈਨੂੰ ਫੋਨ 'ਤੇ ਬੋਲਿਆ, ਮੈਂ ਕਿਹਾ ਅੰਕਲ ਮੈਂ ਆਉਂਦਿਆਂ ਘਰ, ਠੀਕ ਆ, ਮੈਂ ਆ ਗਿਆ ਜੀ ਘਰ, ਆ ਕੇ ਵੇਖਿਆ ਇਹ ਉੱਤੇ ਚੜ੍ਹੇ ਦੇ ਹਿੱਤ ਨਹੀਂ, ਪਿਓ ਪੁੱਤ ਨੂੰ ਸਾਰੇ ਉੱਤੇ ਹੀ, ਮੇਰੇ ਕੋਲ ਵਗੈਰਾ ਵੀਡੀਓ ਪਈ ਆ, ਠੀਕ ਆ, ਮੈਂ ਇੱਥੋਂ ਤੁਰ ਕੇ ਗਿਆ ਵਾਂ, ਮੈਂ ਕਿਹਾ ਹਾਂ ਦੱਸ ਕੀ ਗੱਲ ਆ, ਠੀਕ ਆ, ਮੇਰੇ ਕੋਲ ਦਾਤਾ ਜੀ, ਠੀਕ ਆ, ਮੈਂ ਆਪਣੀ ਸੇਫਟੀ ਲਈ ਲੈ ਗਿਆ, ਮੇਰੇ ਕੋਈ ਵੈਪਨ ਨਹੀਂ, ਕੁਛ ਨਹੀਂ ਹੈਗਾ, ਉੱਥੋਂ ਤੱਕ ਮੈਂ ਇਕੱਲਾ ਗਿਆ, ਮੇਰੇ ਨਾਲ ਸੱਜਣ ਸੀਗੇ ਮੇਰੇ, ਉਹ ਨਾਲ ਆਏ ਸੀਗੇ, ਠੀਕ ਆ, ਇਹ ਮੇਰੇ ਭਰਾ ਦੇ ਹੱਥੀ ਵੀ ਪਿਆ, ਇਹਨੇ ਮੇਰੇ ਮੁੜ ਕੇ ਇੱਟ ਮਾਰੀ ਆ ਕੋਠਿਓ ਹੀ, ਇਹਨੇ ਮੁੜ ਕੇ ਫੈਰ ਮਾਰੇ ਇਹਦੇ ਸੁਰਿੰਦਰ ਪਿਓ ਨੇ, 3 ਫੈਰ ਮੇਰੇ ਮਾਰੇ ਆ, ਠੀਕ ਆ, ਥੱਲੇ ਤੋਂ ਮੁੜ ਕੇ ਫਿਰ ਫੈਰ ਮਾਰਨ ਲੱਗ ਪਿਆ, ਇਹਨੇ ਘੱਟੋ ਘੱਟ ਵੀ 10 ਤੋਂ 15 ਫੈਰ ਮਾਰੇ, 6 ਖੋਲ ਮੇਰੇ ਕੋਲ ਆ, ਇੱਕ ਡਿਪਟੀ ਸਾਹਿਬ ਕੋਲ, ਲਲਿਤ ਕੁਮਾਰ ਜੀ ਕੋਲ, ਠੀਕ ਹੈ ਜੀ, ਅਤੇ ਕੰਮ ਇਹ ਸੁਨਿਆਰੇ ਦਾ, ਇਹਦੀ ਫਾਈਨੈਂਸ ਵੀ ਹੈ ਨਾਲ ਹੀ, ਠੀਕ ਹੈ, ਰੋਜ਼ ਸ਼ਾਮੀ ਡਰਿੰਕ ਕਰਕੇ ਵੱਧ ਘੱਟ ਬੋਲਦਾ ਆ, ਆਪਣਾ ਕੋਈ ਇਹਨਾਂ ਦਾ ਮਤਲਬ ਹੀ ਹੈ ਨਹੀਂ ਇੰਨਾ, ਠੀਕ ਹੈ, ਜੇ ਬੱਚਿਆਂ ਦੀ ਗੱਲ, ਤੂੰ ਬੱਚਿਆਂ ਦੀ ਗੱਲ ਮੁਕਾ ਲਾ ਯਾਰ, ਤੂੰ ਸਿਆਣਾ ਵਾ, ਦਾੜੀ ਤੇਰੇ ਚਿੱਟੀ ਆ, ਤੂੰ ਕੀ ਕਰਨ ਆ, ਤੂੰ ਜਨਾਨੀ ਨੂੰ ਘਰ ਹੱਥੀ ਪੈਣਾ, ਬੰਦੇ ਘਰ ਨਹੀਂ, ਇਹਦਾ ਮਤਲਬ ਹੀ ਨਹੀਂ ਬਣਦਾ ਜਨਾਨੀ ਨੂੰ ਉੱਥੇ ਪੈਣਾ, ਜਦੋਂ ਮੈਂ ਆਇਆ ਫਿਰ ਥੱਲੇ ਨਹੀਂ ਆਇਆ ਕਰੋ, ਫਿਰ ਬੰਦਿਆਂ ਨਾਲ ਗੱਲ ਕਰਦਾ, ਫਿਰ ਇਹਨੇ ਫੈਰ ਮਾਰਨੇ ਸ਼ੁਰੂ ਕਰਤੇ, ਮੁੜ ਕੇ ਇਹਨੇ ਕੋਠੇ ਹੋਏ ਨੇ ਇੱਟਾਂ ਮਾਰਨੀਆਂ ਸ਼ੁਰੂ ਕਰਤੀਆਂ, ਠੀਕ ਹੈ ਜੀ, ਇੱਟ ਮਾਰੀ ਆ ਲੱਤ 'ਤੇ ਵੱਜੀ, ਖੱਬੀ ਲੱਤ 'ਤੇ ਮੇਰੇ, ਆ ਪਿੱਠ 'ਤੇ ਵੇਖ ਲਓ, ਠੀਕ ਹੈ ਜੀ, ਉੱਤੋਂ ਇੱਟਾਂ ਮਾਰੀਆਂ, ਫੈਰ ਮਾਰੇ ਆ, ਬੰਦੇ ਨੌ ਮੇਰੇ ਸੱਜਣ ਆ, ਉਹਨਾਂ ਦੇ ਖੋਲ ਲੱਗੇ ਆ ਜੀ ਨਾਲ, ਠੀਕ ਹੈ, ਛਰਲੇ ਲੱਗੇ ਨਾਲ ਉਹਨਾਂ ਦੇ, ਇੱਕ ਖੱਬੇ ਮੋਢੇ 'ਤੇ ਆ, ਇੱਕ ਆ ਜੀ ਇਹਨਾਂ ਹੀ ਲੱਗਾ ਜੀ, 2 ਬੰਦੇ ਹੋਏ ਜੀ, ਠੀਕ ਹੈ ਜੀ, ਤੀਜਾ ਮੈਂ, ਮੇਰੇ ਵਜਾ ਅਤੇ ਮਾਸ ਵਗੈਰਾ ਪਾੜਦਾ, ਤੀਜਾ ਮੈਂ ਜੀ, ਹਾਂ ਮੌਕੇ 'ਤੇ ਹੈਗੀ ਸੀਗੀ, ਡਿਪਟੀ ਸਾਹਿਬ ਨੂੰ ਮਿਲੇ ਨੇ, ਉਸੇ ਵੇਲੇ ਅੰਦਰ ਬੈਠੇ, ਮੁੜ ਕੇ ਪਤਾ ਨਹੀਂ ਕਿੱਥੇ ਚੱਲ ਗਏ ਆ ਜੀ, ਮੈਂ ਇਨਸਾਫ ਚਾਹੁੰਦਾ ਜੀ, ਇਹਨਾਂ ਦੇ ਮੁਕੱਦਮਾ ਦਰਜ ਹੋਣਾ ਚਾਹੀਦਾ 307 ਦਾ ਜੀ, ਠੀਕ ਹੈ ਜੀ, ਇਹਨਾਂ ਨੇ ਇੱਟਾਂ ਮਾਰੀਆਂ, ਮੈਂ ਮੁਲਾਜ਼ਮ ਇਹ ਛੋਟਾ, ਕੀ ਮੇਰੀ ਸੁਣਵਾਈ ਨਹੀਂ ਹੋਏਗੀ, ਅਫਸਰ ਨੇ ਮੇਰੇ 'ਤੇ, ਅਫਸਰ ਇਹ ਇੱਦਾਂ ਕਰਨਗੇ ਮੇਰੇ ਨਾਲ, ਅਤੇ ਕੀ ਗੱਲ ਛੋਟੇ ਮੁਲਾਜ਼ਮ, ਕੋਈ ਸੁਣਵਾਈ ਹੈ ਨਹੀਂ, ਇਹ ਜਨਾਨੀ ਨੂੰ ਹੱਥੀ ਪੈਣਗੇ ਆਣਗੇ, ਅਤੇ ਮੈਨੂੰ ਅੱਗੇ ਕਹਿ ਰਹੇ ਆ ਤੂੰ ਮੁਲਾਜ਼ਮ ਹੈ, ਤੈਨੂੰ ਕੀ ਲੋੜ ਸੀ ਉੱਥੇ ਜਾਣ ਦੀ, ਕਿਉਂ ਮੈਂ ਗੋਲੀਆਂ ਖਾਈ ਜਾਵਾਂ ਉਹਨਾਂ ਕੋਲੋਂ, ਇੱਟਾਂ ਖਾਈ ਜਾਵਾਂ, ਮੈਂ ਪੰਜਾਬ ਪੁਲਿਸ, ਠੀਕ ਹੈ ਜੀ, ਇੱਥੇ ਬਟਾਲੇ ਹੀ ਲੱਗਾ ਰਿਹਾ ਮੈਂ ਅੱਗੇ ਵੀ, ਇੰਨਾ ਨਸ਼ਾ ਫੜ ਕੇ ਦਿੱਤਾ, ਘੱਟੋ ਘੱਟ ਹੁਣ ਤੱਕ ਮੈਂ 10 ਕਿਲੋ ਹੀਰੋਇਨ ਫੜਾ ਛੱਡੀ ਬਟਾਲੇ 'ਚੋਂ ਇਹਨਾਂ ਨੂੰ, ਠੀਕ ਹੈ ਜੀ, ਅਤੇ ਫਿਰ ਇਹਨਾਂ ਨੇ ਮੇਰੇ 'ਤੇ ਆਹ ਕੀ ਕੀਤਾ, ਉੱਤੋਂ ਮੈਨੂੰ ਕਹਿੰਦੇ ਤੂੰ ਮੁਲਾਜ਼ਮ ਆ, ਤੈਨੂੰ ਕੀ ਲੋੜ ਹੀ ਉਹਦੇ ਘਰ ਲੱਗੇ ਜਾਣ ਦੀ, ਕਿਉਂ ਮੈਂ ਇੱਥੋਂ ਘਰ ਕੇ ਗੋਲੀਆਂ ਖਾ ਲਾ, ਮੇਰੀ ਜਨਾਨੀ ਛੇਤਰ ਖਾ ਲੇ, ਡਿਪਟੀ ਸਾਹਿਬ ਨੇ, ਠੀਕ ਹੈ ਜੀ, ਐਸ ਐਚ ਓ ਵੀ ਮੈਨੂੰ ਕਹਿ ਰਿਹਾ ਸਿਵਲ ਲੈਣ ਵਾਲਾ, ਕਿਉਂ ਛੋਟੇ ਮੁਲਾਜ਼ਮ ਕੋਈ ਸੁਣਵਾਈ ਨਹੀਂ ਹੈਗੀ, ਠੀਕ ਹੈ ਜੀ, ਮੈਂ ਚੰਡੀਗੜ੍ਹ ਫੋਨ ਲਵਾਇਆ ਆ ਘਰੋਂ, ਠੀਕ ਹੈ, ਨਹੀਂ ਸੁਣਵਾਈ ਹੋਏਗੀ, ਮੈਂ ਉੱਥੋਂ ਤੱਕ ਜਾਵਾਂਗਾ ਜੀ, 307 ਦਾ ਮੁਕੱਦਮਾ ਬਣਦਾ, 307 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਇਹਨਾਂ ਦੇ, ਪਿਓ ਪੁੱਤਾਂ ਦੇ, ਤੁਹਾਨੂੰ ਬਗੈਰਾ ਮੈਂ ਵੀਡੀਓ ਦੇ ਦਾਂਗਾ, ਇਸ ਨੇੜੇ ਬਾਉਟ 8 ਵਜੇ ਸਾਨੂੰ ਫੋਨ ਆਇਆ ਵੀ ਤਾਂ ਝਗੜਾ ਹੋ ਰਿਹਾ ਇੱਥੇ, ਅਤੇ ਗੋਲੀਆਂ ਗੋਲੀਆਂ ਚੱਲੀਆਂ, ਇਹ ਕਿ ਖਵਾ ਸਨ ਮੋਹਿਤ ਬੇਦੀ ਵਾਸੀ ਗੁਰੂ ਨਾਨਕ ਨਗਰ ਭੁੱਲਰ ਰੋਡ, ਅਤੇ ਇਹਨਾਂ ਦਾ ਆਪਸੀ ਬੱਚਿਆਂ ਝਗੜਾ ਹੋਇਆ ਵਾ, ਅਤੇ ਮੌਕੇ 'ਤੇ ਪਹੁੰਚਿਆ, ਕੋਈ ਫੈਰ ਵਗੈਰਾ ਚੱਲੇ ਵੈਰੀਫਾਈ ਕਰਨ,
ਗੁਰੂ ਨਾਨਕ ਨਗਰ ਭੁੱਲਰ ਕਲੋਨੀ। ਹਾਂ ਵੀ ਚੈੱਕ ਕਰ ਰਹੇ ਛੇ ਜੀ ਫੁੱਲ ਬਰਾਮਦ ਜੀ ਬੋਲੋ ਨੋ ਨੋ ਨਹੀਂ ਜੀ ਡੈਮ ਤਫਤੀਸ਼ ਕਰਨ ਜੋ ਬਾਨੀ ਕਾਨੂੰਨ ਦਾ ਖਾਲੀ ਕਰ ਜਿਨ੍ਹਾਂ ਨੇ ਫਾਇਰ ਕੀਤੇ ਅਰੇ ਵੈਰੀਫਾਈ ਨਹੀਂ ਭਾਅ ਜੀ ਕਰਨਾ ਹੋਵੇ।